ਕੀਤਾ ਜਦ ਮਜਬੂਰ ਸੈਦ ਨੂੰ ਪਿਆਸ ਨੇ ਬਈ ਪਾਣੀ ਬਦਲੇ ਖੂਨ ਦਿੱਤਾ ਵਾਸਨੇ। ਡਿਸਕਵਰ ਪਾਕਿਸਤਾਨ ਕੇ ਸਾਥ ਮੈਂ ਹੂੰ ਮਲਿਕ ਅਬਦੁਲ ਗਫਾਰ। ਆਪਨੇ ਦੇਖਾ ਹੋਗਾ ਕਿ ਦਰਬਾਰੋਂ ਕੇ ਬਾਹਰ ਅਕਸਰ ਐਸੇ ਲੋਕ ਬੈਠੇ ਹੋਤੇ ਹੈ ਜੋ ਗਾ ਕਰ ਔਰ ਨਾਤੇ ਵਗੈਰਾ ਪੜ੍ਹ ਕਰ ਆਪਣਾ ਗੁਜ਼ਾਰਾ ਕਰਤੇ ਹੈ, ਲੇਕਿਨ ਇਹ ਰਿਵਾਜ ਐਸਾ ਐਸਾ ਖਤਮ ਹੋਤਾ ਜਾ ਰਹਾ ਹੈ। ਮੈਂ ਇਸ ਵਕਤ ਮੌਜੂਦ ਹੂੰ 24WME ਮੇਂ, ਯਹਾਂ ਦਰਬਾਰ ਕੇ ਬਾਹਰ ਇੱਕ ਸਾਥੀ ਮੇਰੇ ਸਾਥ ਮੌਜੂਦ ਹੈ। ਆਈਏ ਇਨਸੇ ਜਾਣਤੇ ਹੈ ਯੇ ਕਬ ਸੇ ਕਰ ਰਹੇ ਹੈ ਔਰ ਯੇ ਚੀਜ਼ੇ ਐਸਾ ਐਸਾ ਖਤਮ ਹੋ ਰਹੀ ਹੈ, ਇਸ ਬਾਰੇ ਮੇਂ ਯੇ ਕਿਆ ਕਹੇਂਗੇ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿਆ ਨਾਮ ਹੈ ਆਪਕਾ ਜੀ? ਮੇਰਾ ਨਾਮ ਜੀ ਮੁਸ਼ਤਾਕ ਹਸੈਨ ਭੱਟੀ ਹੈ। तो मैं लहसन भट्टी का शागिर्द भी रहा हूँ। तो अभी ये दौर जो है ना आस्ता आस्ता ख़त्म हो रहा है। अच्छा मुश्ताक साहब, ये बताइएगा कि ये तो हारमोनियम वाला दौर ख़त्म हो गया, आजकल तो इंस्ट्रूमेंट नए से नए आ रहे हैं, लोग बड़े अच्छे तरीके से जदीद तरीके से मौसीकी आ गई है, तो आप कैसे ये गुजारा करते हैं? भाजी यहीं कहीं मेला लगा हो किसी दरबार पर, जुमे के रोज़ या कोई शादी ब्याह पर बुला लें तो गुजारा चल जाता है। अच्छा हमें सुनाए हारमोनियम बजा कर, आप क्या सुनाना चाहेंगे? अपने मौला अली का कसीदा जी। ओ जिस दिल विच हुब हाजिर जी नहीं ओते है बख्तां दा ढिल्ला ਜਿਹੜਾ ਆਪਣੇ ਆਪ ਨੂੰ ਜਿਉਂਦਿਆਂ ਸਮਝੇ ਮਹਾਕਾਲੂ ਇੰਨਾ ਨਿੱਲਾ ਤੇ ਜਿਹੜਾ ਜਾਣ ਕੇ ਦਰ ਨੂੰ ਛੋੜ ਜਾਵੇ ਹੁੰਦਾ ਉਸ ਬੰਦੇ ਤੇ ਕੀ ਗਿਲਾ ਜਿਹਦਾ ਪੀਰ ਹੋਵੇ ਹਸਨੈਨ ਦਾ ਬਾਬਾ ਤੇ ਕਿਉਂ ਨਾ ਜੰਨਤ ਆਖੇ ਬਿਸਮਿਲਲਾ ਅਲੀ ਅਲੀ ਜਈ ਸਰਕਾਰ ਨਹੀਂ ਤੇ ਮੁਹੰਮਦ ਜਿਹਾ ਮੁਖਤਾਰ ਨਹੀਂ ਜਿਹਨੂੰ ਪੰਜ ਤਨ ਲਾਲ ਪਿਆਰ ਨਹੀਂ ਉਹਦੇ ਕਲਮੇ ਤੇ ਇਤਬਾਰ ਨਹੀਂ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੇ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੇ ਐਵੇਂ ਨਾ ਦਰ ਦਰ ਤੇ ਮੱਥਾ ਬੰਨੀਏ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੇ ਕੀਤਾ ਜਦ ਮਜਬੂਰ ਸੈਦ ਨੂੰ ਪਿਆਸ ਨੇ ਬਈ ਪਾਣੀ ਬਦਲੇ ਖੂਨ ਦਿੱਤਾ ਵਾਸਨੇ ਕੀਤਾ ਜਦ ਮਜਬੂਰ ਸੈਦ ਨੂੰ ਪਿਆਸ ਨੇ ਇਹੋ ਜਿਹੀ ਇਹੋ ਜਿਹੀ ਕੋਈ ਕਰੇ ਵਫਾਤੇ ਮੰਨੀਏ ਅਲੀ ਜਿਹਾ ਕੋਈ ਮਿਲੇ ਤੇ ਮੁਰਸ਼ਦ ਮੰਨੀਏ ਹਾਜ਼ਰ ਦੀ ਤਲਵਾਰ ਜ਼ਮਾਨਾ ਜਾਣਦਾ ਬਈ ਖੈਬਰ ਦਾ ਦਰ ਅੱਜ ਤਾਈਂ ਖੁੱਲਾ ਆਉਂਦਾ ਖੈਬਰ ਨੂੰ ਦੋ ਫਾੜ ਕਰੇ ਤੇ ਮੰਨੀਏ
ਅਲੀ ਜੇ ਆ ਕੋਈ ਮਿਲੇ ਤਾਂ ਮੁਰਸ਼ਦ ਮੰਨੀ ਅਲੀ ਜੇ ਆ ਕੋਈ ਮਿਲੇ ਤਾਂ ਮੁਰਸ਼ਦ ਮੰਨੀ ਅੱਛਾ ਆਪ ਇਹ ਬਤਾਈਏ ਜੀ ਆਪ ਕਬ ਸੇ ਕਰ ਰਹੇ ਹੈ ਔਰ ਆਪਕਾ ਗੁਜ਼ਰ ਬਸਰ ਕੈਸੇ ਹੋਤਾ ਹੈ ਬਸ ਜੀ ਇਸਕੋ ਮੈਨੇ ਕੋਈ ਉਮਰ ਮੇਰੀ ਥੀ ਤਕਰੀਬਨ 17 ਸਾਲ ਤੋ ਮਾਰੇ ਵਾਲਦ ਸਾਹਿਬ ਕਰਤੇ ਥੇ ਤੋ ਬਸ ਗੁਜ਼ਾਰਾ ਯਹੀ ਹੈ ਕਵਾਲੀ ਵਗੈਰਾ ਕਰ ਲੈਤੇ ਹੈ ਯੇ ਮੇਰੇ ਬੇਟੇ ਹੈ ਸਾਥ ਤੋ ਯੇ ਵੀ ਅੱਛੇ ਖਾਨ ਸਾਹਿਬੋਂ ਕੇ ਸਾਥ ਜਾਤੇ ਹੈ ਪਾਕ ਪਤਨ ਮੇਂ ਤੋ ਜਬ ਇਧਰ ਆਤੇ ਹੈ ਫਿਰ ਮੇਰੇ ਸਾਥ ਯੇ ਚਲਤੇ ਹੈ ਤੋ ਬਸ ਗੁਜ਼ਰ ਐਸੇ ਚੱਲ ਰਿਹਾ ਹੈ ਜੀ ਬਿਲਕੁਲ ਆਪਣੇ ਉਨਕੀ ਬਾਤ ਸੇ ਉਨਕਾ ਯੇ ਕਹਿਣਾ ਥਾ ਕਿ ਚੂੰਕਿ ਆਜ ਕੱਲ੍ਹ ਜਦੀਦ ਦੌਰ ਹੈ ਔਰ ਜਦੀਦ ਇੰਸਟਰੂਮੈਂਟ ਆ ਚੁੱਕੇ ਹੈ ਲੇਕਿਨ ਫਿਰ ਵੀ ਹਮ ਦਰਬਾਰੋਂ ਪਰ ਜਾ ਕਰ ਗੁਜ਼ਾਰਾ ਕਰਤੇ ਹੈ ਔਰ ਯੇ ਐਸੇ ਨਾਤ ਔਰ ਕਵਾਲੀਆਂ ਪੇਸ਼ ਕਰਕੇ ਲੋਗੋਂ ਕੋ ਸਕੂਨ ਪਹੁੰਚਾਤੇ ਹੈ ਜ਼ਹਿਨੀ ਸਕੂਨ ਪਹੁੰਚਾਤੇ ਹੈ ਐਸੇ ਮਜ਼ੀਦ ਅੱਛੀ ਵੀਡੀਓਜ਼ ਦੇਖਣੇ ਕੇ ਲੀਏ ਦੇਖਤੇ ਰਹੀਏ ਡਿਸਕਵਰ ਪਾਕਿਸਤਾਨ।